ਵਾਹਿਗੁਰੂ 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 ਇਹਦੀ ਥੋੜ੍ਹੀ ਜਿਹੀ ਕਰ ਦੇ ਥੋੜ੍ਹੀ ਜਿਹੀ ਕਰ ਵਾਹਿਗੁਰੂ 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 Thank you.
ਬੰਜਰ ਜ਼ਮੀਨ ਤੇ ਬਣ ਕੇ ਬਹਾਰ ਜਦੋਂ ਆਇਆ ਫੇਰੀਆਂ ਕਹੇ ਕਾ ਦਿਦਾਰ ਕਦੋਂ ਦੱਸਦੇ ਸਹੀ ਰਾਜਾ ਸਾਹਿਬ ਕਰੀਏ ਉਡੀਕਾਂ ਤੇਰੀਆਂ ਕਹੇ ਕਾ ਦਿਦਾਰ ਕਦੋਂ ਦੱਸਦੇ ਸਹੀ ਰਾਜਾ ਸਾਹਿਬ ਕਰੀਏ ਉਡੀਕਾਂ ਤੇਰੀਆਂ जुगो जुग अटल चवर शतर तख्त मालक हाजरा हजूर जारा जहूर दसों पातशाहियां दी जोत धन धन साहब श्री गुरु ग्रंथ साहब जी महाराज जी की पावन ते पवित्र हजूरी में जुड़ बैठी गुरु रूप गुरु प्यारी साध संगत जीओ सब तो पहला फतेह अर्ज करते हैं। इस फतेह बुलाउण दे नाल अपने आप दो वारी वाहिगुरु का जाप हो जाएगा। वाहिगुरु गुरमंत्र है जप होमै खोई, होमे का नाश हुंदा है, सुखां का प्रवेश हुंदा है। हर जियो गुफा अंदर रख के वाजा पौण वजाया, वजाया वाजा पौण नौ द्वारे प्रगट किए, दसवां गुप्त रखाया। ए जड़ी मेरी आवाज, ए जड़े मेरे बोल थोड़े तक पहुंच रहे ने, ए वाहिगुरु का रखिया होया बाजा है, ए उस अकाल पुरख की कृपा दे नाल मेरी आवाज थोड़े तक पहुंच रही है। जेकर चाहे ए कई साल तक ये वाजा बज सकता है, ते जे वो चाहे तो एक सेकेंड भी नहीं लाता। एक सेकेंड तो बहुत वड्डी गल है, वो तो एक सेकेंड तो पहला यह वाजा बंद कर सकता है। तो इस मनुखा जन्म से लानत है जे ये वाजा उस अकाल पुरख के नाम लई ना वजे। ये डॉक्टर एक जरिया ने, डॉक्टर कोई रब नहीं, भजा लियो जिन्निया एंबूलेंसा भजाउणियां ने, ते जदों उहदा वाजा उन्हें अपना वाजा वापस लै लिया, यह वाजा कदे नहीं बजना। सो फतेह दे नाल जुड़ो, ये तो सानू दसवें पातशाह का हुक्म है। आगे आवत सिंह जो पावे, आगे आवत सिंह जो आवे, वाहिगुरु जी की फतेह बुलावे। जिहड़ा फतेह दे नाल प्यार करदा उहदी आत्मा है फतेह पा जांदी, जिहड़ा फतेह बुलाउण तो संकोच करदा उहनू फतेह है फतेह बुला जांदी। सदा संगत दा रंग नू मन चढ़दा, विच संगता ही फतेह पाई दी है। जदों वारसा संगत विच आ जाइए फिर गज के फतेह बुलाई दी है। बैठो सज के, बोलो गज के जी, वाहिगुरु जी का खालसा वाहिगुरु जी की फतेह। संगतों का चेहरे का नूर दस रहा है कि वह महाराज का बरसी दिहाड़ा किन्ने उत्साह दे नाल मना रही ने। भुल जाते कारनामे जेड़े प्यो दादियां दे, पौण फटकारा लोकी उन्हां दी औलाद नू। सचमुच विच जेड़े अपने वड्डे वडेरियां दे दिन मनाउणे बंद कर दिंदे ने, ओह कौमां दुनिया तो मलिया मेट हो जांदियां ने। ताका ताका हो जांदी कबीलदारी, जेकर गंढ इतफाक दी खुल जावे
ਪਾਰਸ ਮਿਟ ਜਾਂਦੀ ਹਰਫ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਇਹ ਉਹਨਾਂ ਦੇ ਪੁੱਤਰ ਸਪੁੱਤਰ ਹੀ ਨੇ ਜਿਹੜੇ ਮਹਾਂਪੁਰਸ਼ਾਂ ਦੇ ਆਪਣੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਂਦੀਆਂ ਨੇ। ਸੱਚਮੁੱਚ ਵਿੱਚ ਮਹਾਰਾਜ ਨੇ ਅਰਦਾਸਾਂ ਪ੍ਰਵਾਨ ਕੀਤੀਆਂ ਨੇ। ਇੱਥੇ ਪਹੁੰਚੇ ਆ ਸੰਗਤ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਮਹਾਰਾਜ ਦੇ ਦਰ ਨਾਲ ਉਹਨਾਂ ਦਾ ਕਿੰਨਾ ਪਿਆਰ ਜੁੜਿਆ ਹੋਇਆ ਹੈ। ਇਹ ਕਵਿਤਾਵਾਂ ਬਹੁਤ ਨੇ, ਸਮਾਂ ਸੀਮਤ ਹੈ, ਕਵਿਤਾਵਾਂ ਛੇਤੀ ਛੇਤੀ ਕਾਫੀ ਫਰਮਾਇਸ਼ਾਂ ਵੀ ਆਈਆਂ ਨੇ ਕਿਉਂਕਿ ਮਹਾਰਾਜ ਦੀ ਉਸਤਤ ਵਿੱਚ ਗੀਤ ਹੀ ਇੰਨੇ ਰਿਕਾਰਡ ਹੋ ਗਏ ਨੇ। ਜਿੰਨੇ ਵੀ ਛੇਤੀ ਛੇਤੀ ਬੋਲ ਸਕੀਏ, ਜਿੰਨੇ ਵੀ ਸਮੇਂ ਵਿੱਚ ਰਹਿ ਕੇ ਗੀਤ ਗਾ ਹੋਏ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਾਂਗੇ। ਮਹਾਰਾਜ ਦੇ ਦਰ ਤੇ ਅਰਦਾਸ ਕਰਿਆ ਕਰੋ ਕਿ ਮਹਾਰਾਜ ਆਪਣੇ ਦਰ ਤੇ ਸਾਨੂੰ ਝਾੜੂ ਲਾਉਣ ਲਈ, ਸਾਨੂੰ ਜੋੜੇ ਝਾੜਨ ਲਈ ਮਹਾਰਾਜ ਇੰਨੀ ਕੁ ਰਹਿਮਤ ਰੱਖਿਓ, ਕਿਰਪਾ ਰੱਖਿਓ ਕਿ ਇੱਥੇ ਆਣ ਕੇ ਝੁੱਕ ਕੇ ਤੁਹਾਡੇ ਦਰ ਦੀ ਸੇਵਾ ਕਰ ਸਕੀਏ। ਕਦੇ ਮੂੰਹ ਉੱਪਰ ਨੂੰ ਕਰਕੇ ਨਾ ਆਈਏ। ਸਿੱਧੀ ਜੀ ਗੱਲ ਹੈ ਕਿ ਉੱਪਰ ਨੂੰ ਥੁੱਕਿਆ ਹੋਇਆ ਕਹਿੰਦੇ ਮੂੰਹ 'ਤੇ ਪੈਂਦਾ ਹੈ। ਇਸ ਦਰ 'ਤੇ ਝੁੱਕ ਕੇ ਆਇਆ ਨੂੰ ਕਹਿੰਦੇ ਨੇ ਕਿ ਝੁੱਕ ਕੇ ਆਏ ਨੂੰ ਦੇਗ ਪੱਕੀ ਤੇ ਚੜ੍ਹ ਕੇ ਆਏ ਨੂੰ ਤੇਗ। ਸੋ ਮਹਾਰਾਜ ਦੇ ਦਰ 'ਤੇ ਅਰਦਾਸ ਹੈ ਕਿ ਮਹਾਰਾਜ ਜਿੰਨੀ ਵੀ ਰਹਿੰਦੀ ਹੈ, ਜਿੰਨੀ ਵੀ ਜ਼ਿੰਦਗੀ ਰਹਿੰਦੀ ਹੈ, ਮਹਾਰਾਜ ਤੁਹਾਡੇ ਦਰ ਦੇ ਨਾਲ ਤੁਹਾਡੇ ਚਰਨਾਂ ਦੇ ਨਾਲ ਜੁੜ ਕੇ ਲੰਘ ਜਾਵੇ। ਕਿਉਂਕਿ ਇੱਥੇ ਜਿਹੜਾ ਝੋਲੀ ਅੱਡ ਕੇ ਆਉਂਦਾ ਉਹ ਝੋਲੀਆਂ ਭਰਾ ਕੇ ਗਿਆ, ਕਦੇ ਖਾਲੀ ਝੋਲੀ ਮਹਾਰਾਜ ਨੇ ਮੁੜਨ ਨਹੀਂ ਦਿੱਤਾ। ਕਿਉਂਕਿ ਰਾਜਾ ਸਾਹਿਬ ਜੀ ਮਹਾਰਾਜ ਆਪਣੇ ਭਗਤ ਦੀ ਕਦੇ ਟਾਲ ਨਹੀਂ ਸਕਦੇ, ਇਹ ਪ੍ਰਤੱਖ ਅਜ਼ਮਾਏ ਹੋਏ ਨੇ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਸਾਧੂ ਪੂਰਾ ਹੋਵੇ, ਪੂਰੇ ਸਾਧੂ ਦੀ ਉਹ ਅਕਾਲ ਪੁਰਖ ਵੀ ਗੱਲ ਨਹੀਂ ਮੋੜਦਾ। ਕਿਉਂਕਿ ਮਹਾਰਾਜ ਕਹਿੰਦੇ ਨੇ ਮੇਰੀ ਬੰਦੀ ਭਗਤ ਛੁਡਾਵੇ, ਮੇਰੀ ਬੰਦੀ ਹੋਈ ਮੇਰਾ ਭਗਤ ਛੁਡਾ ਸਕਦਾ ਉਹ ਅਕਾਲ ਪੁਰਖ ਦੀ, ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਮੇਰੀ ਬੰਦੀ ਭਗਤ ਛੁਡਾਵੇ। ਬੰਦੇ ਭਗਤ ਦਾ ਛੂਟਾ ਮੋਹੇ, ਇੱਕ ਸਮਾਂ ਮੋਕੋ ਕਾ ਬੰਦੇ ਤੋਫ ਨੂੰ ਮੋਪੇ, ਜਵਾਬ ਨਾ ਹੋਏ ਭਗਤਾਂ ਦੀ ਬੰਦੀ ਹੋਈ ਰੱਬ ਕਦੇ ਛੁਡਾ ਨਹੀਂ ਸਕਦਾ। ਸੋ ਇਹ ਗੀਤ ਹੈ, ਇਹ ਕਾਫੀ ਸਾਲ ਪਹਿਲਾਂ ਆਇਆ ਸੀ ਕਿ ਮੇਰੇ ਰਾਜਾ ਜੀ ਚਰਨਾਂ ਨਾਲ ਜੋੜ ਲੈ ਗਰੀਬ ਨੂੰ। ਜੋੜ ਲੈ ਗਰੀਬ ਨੂੰ ਮੇਰੇ ਰਾਜਾ ਜੀ, ਚਾਰੇ ਨਾਚ ਜੋੜ ਲੈ ਗਰੀਬ। ਮਾਣ ਨੱਚੀ ਜਿਹਨੂੰ
राजा जी चारी नाच जोड़ ले गरीब नू मेरे राजा जी चारी नाच जोड़ ले गरीब नू मशहूर हो गए राजा साहब की कृपा ही है। असी कल भी इतने दफ्तर में बैठे इतों के मुख सेवादार साडे बहुत ही सत्कारयोग चरण सिंह जी ते एसएसपी साहब वो गल्लां कर रहे सन कि यह जिहड़ा जथा है यह इत्थे दा हजूरी जथा है, महाराज की कृपा है, तुहाडे संगतां दा प्यार ही है जिहड़ा महाराज ने इन्ना प्यार बख्शिया है। इन्हें बहुत ही उच्च कोटी के जथे बहुत ही नामवर जथे इत्थे आउंदे ने, पर जो आप जी ने सत्कार बख्शिया है उहदे एहसान जिंदगी भर भुला नहीं सकते। असी ते इत्थे मजारे प्रोग्राम करन लई आए सां, पर इत्थे जिन्ने भी लागे स्थान ने महाराज अपने आप हाजरी उत्थे भरवा रहे ने, क्योंकि आने वाले दिनों में जिथे जिथे भी महाराज के मेले जोड़ मेले ने उत्थे उत्थे महाराज आप हाजरी भरवा रहे ने। यह राजा साहब की कृपा ही है। लाल साहब खड़े ने, बहादुर सिंह लाल साढ़े सत्कारयोग त्रिलोचन सिंह जी। यह गल
पांच छे साल पहले दी है साढ़े सत्कार शो जो परशोत्तम सिंह लाल जी होनी कहिंदे कि जदों इत्थे तुसी हाजरी भरी ते जिद्दां तुसी कैस्टां विच साजा दे नाल गाउंदे हो इदां ही हाजरी तुहाडी उत्थे भरवाउणी है। कदे असी सोचिया नहीं सी पर कई बारी महाराज आप रसना ते बैठे होंदे ने। यह गल्लां सच्चियां होईयां ने। ये पहली बारी एदा असी प्रोग्राम पेश कर रहे हैं पर महाराज आप मैं कल भी गल की कि महाराज गूंगे को गीता दे अर्थ करा गए सन। सानू तो फिर भी महाराज ने बोलने की शक्ति दिती है। जदों भी मैनू वैसे वरजिया गया सी जदों भी इत्थे महाराज दे आमो मैं बहुत बारी सुनिया कि असी राजे दे चले हैं। जे आपां नाल साहिब ला दईए तो किड्डी गल हो जाऊगी। असी राजे दे चले आ उह ते राजिआं दे राजे ने। जेकर उहनां दा सत्कार करिए राजा साहिब जी कह के सत्कार करिए क्योंकि उहनां दा दर्जा उह है। पता नहीं किन्ने युगां दी उहनां दी तपस्या सी। आपां ते उहनां दे चरणां दी धूड़ भी नहीं। मैं कुछ कु बजुर्गां दे दर्शन कीते ने जिन्हां ने महाराज जी दे दर्शन कीते ने। ਉਹ ਤਾਂ ਮਹਾਰਾਜ ਦਾ ਨਾਮ ਲੈਂਦੇ ਹੀ ਅੱਖਾਂ ਚੋਂ ਉਹਨਾਂ ਦੇ ਹੰਝੂ ਨਿਕਲ ਆਉਂਦੇ ਸਨ। ਸਾਧ ਸੰਗਤ ਜੀ ਮਹਾਰਾਜ ਦਾ ਜਿੰਨਾ ਵੀ ਸਤਿਕਾਰ ਹੋ ਸਕੇ ਉਹਨਾਂ ਕਰਿਆ ਕਰੋ। ਮਹਾਰਾਜ ਬਾਦਸ਼ਾਹੀਆਂ ਬਖਸ਼ਦੇ ਨੇ। ਜੇਕਰ ਉਹਨਾਂ ਦੇ ਦਰ ਤੇ ਝੁੱਕ ਕੇ ਆਈਏ ਇਹ ਗਾਣਾ ਹੈ। ਇਹ ਕਾਫੀ ਸਮਾਂ ਪਹਿਲਾਂ ਇਹ ਗੀਤ ਆਇਆ ਸੀ। ਮੁੱਖੋ ਰਾਜਾ ਰਾਜਾ ਕਿਹਾ ਦੁੱਖ ਦੂਰ ਹੁੰਦੇ ਨੇ। ਸੱਚਮੁੱਚ ਵਿੱਚ ਇੱਕ ਵਾਰ ਆਪਾਂ ਰਾਜਾ ਸਾਹਿਬ ਜੀ ਮੁੱਖੋਂ ਕਹੀਏ ਮਹਾਰਾਜ ਤੇ ਕਈ ਪੈਂਡੇ ਸਾਨੂੰ ਅੱਗਿਓਂ ਲੈਣ ਆਉਂਦੇ ਨੇ ਜੇਕਰ ਆਪਾਂ ਇੱਕ ਕਦਮ ਉਹਦੇ ਦਰ ਵੱਲ ਨੂੰ ਪੁੱਟਦੇ ਹਾਂ। ਇਹ ਢਾਡੀ ਇੱਥੇ ਕੋਲੋਂ ਸ਼ਰਵਣ ਕਰੋ। ਮੁੱਖੋਂ ਰਾਜਾ ਰਾਜਾ ਕਿਹਾ ਦੁੱਖ ਦੂਰ ਹੁੰਦੇ ਨੇ ਜ਼ਿੰਦਗੀ 'ਚ ਸੁੱਖ ਭਰਪੂਰ ਹੁੰਦੇ ਨੇ। ਸੱਚੇ ਕਾਂਟੇ ਧਰਤੀ ਤੇ
ਹਜ਼ੂਰ ਹੁੰਦੇ ਨੇ ਰਾਜਾ ਰਾਜਾ ਕੇ ਹਾਂ ਦੁੱਖ ਦੂਰ ਹੁੰਦੇ ਨੇ ਰਾਜਾ ਰਾਜਾ ਕੇ ਹਾਂ ਦੁੱਖ ਦੂਰ ਹੁੰਦੇ ਨੇ ਜ਼ਿੰਦਗੀ ਚ ਸੁੱਖ ਭਰਪੂਰ ਹੁੰਦੇ ਨੇ ਭਰਪੂਰ ਚੌਖਟ ਤੇ ਸਿਰ ਧਰਿਆ ਹੱਲ ਹੋ ਗਏ ਸਭ ਸਵਾਲ ਮੇਰੇ ਕਿਉਂਕਿ ਇਹਦੇ ਵਿੱਚ ਜ਼ਿਕਰ ਆ ਉਹਦੇ ਚਰਨਾਂ ਦਾ ਧਿਆਨ ਕੋਈ ਧਰ ਕੇ ਤਾਂ ਵੇਖੇ ਸੋਢੀ ਦਿਲੋਂ ਅਰਦਾਸ ਕੋਈ ਕਰਕੇ ਤਾਂ ਵੇਖੇ ਖੁਦਾ ਮਨਜ਼ੂਰ ਕਰਦਾ ਹੈ ਦੁਆ ਇੱਕ ਤੇ ਦਵਾਈ ਹੈ ਕਹਿੰਦੇ ਜਿੱਥੇ ਦਵਾਈ ਕੰਮ ਨਾ ਕਰੇ ਉੱਥੇ ਦੁਆ ਉੱਥੇ ਅਰਦਾਸ ਕੰਮ ਕਰਦੀ ਹੈ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਮਗਰ ਮੁਸ਼ਕਿਲ ਤੋਂ ਇਹ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ ਜਬ ਮੁਰਸ਼ਦ ਕਾਮਲ ਮਿਲਤਾ ਹੈ ਤੋ ਬਾਤ ਖੁਦਾ ਸੇ ਹੋਤੀ ਹੈ ਜਦੋਂ ਕੋਈ ਸੱਚਾ ਰੱਬ ਕੋਈ ਸੱਚਾ ਸਾਧੂ ਕੋਈ ਪੂਰਾ ਸਾਧੂ ਲੱਜ ਪਵੇ ਫਿਰ ਤੇ ਗੱਲਾਂ ਹੀ ਹੋਰ ਹੁੰਦੀਆਂ ਨੇ ਕੱਲ ਮੈਂ ਤੇ ਬਲਿਹਾਰ ਸਿੰਘ ਸੋਢੀ ਸਰੰਗੀ ਮਾਸਟਰ ਅਸੀਂ ਦੋਨੋਂ ਗੱਲਾਂ ਕਰ ਰਹੇ ਸਾਂ ਕਿਉਂਕਿ ਸਾਰੇ ਹੀ ਜੋ ਵੀ ਮਹਾਰਾਜ ਦੀਆਂ ਰਚਨਾਵਾਂ ਨੇ ਇਹ ਮਹਾਰਾਜ ਆਪ ਲਿਖਵਾਉਂਦੇ ਨੇ ਬਲਿਹਾਰ ਸਿੰਘ ਸੋਢੀ ਕੋਲ ਲੱਲ ਫਿਲਮਸ ਵਾਲੇ ਇਹ ਵੀ ਪੁੱਛ ਰਹੇ ਸਨ ਕਿ ਇਹੋ ਜਿਹਾ ਮੋਤੀ ਕਿੱਥੋਂ ਪਰੋਣਾ ਇਹੋ ਜਿਹੀਆਂ ਗੱਲਾਂ ਕਿੱਥੋਂ ਲਿਖਦਾ ਇੱਕ ਤਾਂ ਕਿਸੇ ਨੂੰ ਆਪਾਂ ਕਹਿ ਦਈਏ ਕਿ ਇਸ ਵਿਸ਼ੇ ਤੇ ਗਾਣਾ ਲਿਖ ਉਹ ਤੇ ਹੋ ਗਿਆ ਕਿਸੇ ਨੇ ਹੁਕਮ ਕਰਕੇ ਲਿਖਵਾਇਆ ਇਹ ਮਹਾਰਾਜ ਅਕਾਲ ਪੁਰਖ ਇਹ ਰਾਜਾ ਸਾਹਿਬ ਜੀ ਮਹਾਰਾਜ ਆਪ ਕਲਮ ਫੜ ਕੇ ਲਿਖਾਉਂਦੇ ਨੇ ਇਹ ਜਦੋਂ ਵੀ ਕਹਿੰਦਾ ਮੈਂ ਗੀਤ ਲਿਖਦਾ ਅਰਦਾਸ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਫਿਰ ਗੀਤ ਲਿਖਦਾ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਸਾਡੇ ਤੋਂ ਸੁਰੀਲੇ ਬਹੁਤ ਨੇ ਪਰ ਮਹਾਰਾਜ ਅੱਗੇ ਅਰਦਾਸ ਕਰਕੇ ਹਮੇਸ਼ਾ ਇਹ ਗੀਤ ਲਿਖੇ ਜਾਂਦੇ ਨੇ ਇਹ ਸ਼ਰਧਾ ਹੈ ਮਹਾਰਾਜ ਦੇ ਪ੍ਰਤੀ ਰਾਜਾ ਸਾਹਿਬ ਜੀ ਮਹਾਰਾਜ ਸੱਚੀ ਸ਼ਰਧਾ ਪ੍ਰਵਾਨ ਕਰਦੇ ਨੇ ਸੱਚੀਆਂ ਅਰਦਾਸਾਂ ਪ੍ਰਵਾਨ ਕਰਦੇ ਨੇ ਉਸਦੀ ਚੌਖਟ ਤੇ ਸਿਰ ਧਰਿਆ ਹੱਲ ਹੋ ਗਿਆ ਸਭ ਸਵਾਲ ਮੇਰੇ ਕਣ ਕਣ ਵਿੱਚ ਜ਼ਰੇ ਜ਼ਰੇ ਵਿੱਚ ਕਿਉਂਕਿ ਘੱਟ ਘੱਟ ਵਿੱਚ ਵੱਸਦਾ ਉਹ ਤਾਂ ਰਗ ਰਗ ਵਿੱਚ ਵੱਸਦਾ ਉਸਦੀ ਚੌਖਟ ਤੇ ਸਿਰ ਧਰਿਆ ਹੱਲ ਹੋ ਗਿਆ ਸਭ ਸਵਾਲ ਮੇਰੇ ਕਣ ਕਣ ਵਿੱਚ ਜ਼ਰੇ ਜ਼ਰੇ ਵਿੱਚ ਜਿਸ ਦੇ ਨੇ ਦੀਨ ਦਿਆਲ ਮੇਰੇ ਮੈਂ ਥੜਕਾਂ ਤੇ ਘਬਰਾਵਾਂ ਕਿਉਂ ਕਿਉਂਕਿ ਸਰਦਾਰਾ ਸਿੰਘ ਨੇ ਅਰਦਾਸ ਕੀਤੀ ਸੀ ਪ੍ਰਸੰਗ ਤੁਸੀਂ ਸੁਣਿਆ ਸਰਦਾਰਾ ਸਿੰਘ ਕਹਿੰਦਾ ਸੀ ਕਿ ਮਹਾਰਾਜ ਮੈਨੂੰ ਗੋਲੀ ਦਾ ਹੁਕਮ ਹੋ ਗਿਆ ਮੇਰੇ ਤੇ ਗੋਲੀ ਚਲਾ ਦੇਣੀ ਹੈ ਇਸ ਚੀਨੀ ਸਰਕਾਰ ਨੇ ਤੇ ਰਾਜਾ ਸਾਹਿਬ ਜੀ ਮਹਾਰਾਜ ਜੀ ਨੇ ਆਪ ਆਕਾਸ਼ਵਾਣੀ ਕਰਕੇ ਉਸਦੇ ਕੰਨਾਂ ਵਿੱਚ ਆਵਾਜ਼ ਪਾਈ ਇਹ ਤੇ ਲਗਭਗ 50 ਸਾਲ ਪੁਰਾਣੀ ਗੱਲ ਹੈ ਅਸੀਂ 2018 ਵਿੱਚ ਆਏ ਇੱਥੇ ਗੁੜਾ ਚੌਰ ਵਿਖੇ ਅਸੀਂ ਪ੍ਰੋਗਰਾਮ ਕੀਤਾ ਤੇ ਇੱਕ ਸਿੰਘ ਆਇਆ ਸਾਡੇ ਕੋਲ ਉਹ ਕਹਿੰਦਾ ਉਹ ਤਾਂ ਪੁਰਾਣੀ ਗੱਲ ਸੀ ਉਹ ਨੂਰੀਕਰਨਾਂ ਵਿੱਚ ਲਿਖੀ ਹੈ ਕੋਈ ਕਹਿ ਦੂ ਇਹ ਝੂਠ ਹੈ ਪਰ ਮੇਰਾ ਬੇਟਾ ਅਰਬ ਦੇਸ਼ ਵਿੱਚ ਉਸ ਨੂੰ ਉਹ ਜਿਹੜੇ ਟੈਰਰਿਸਟ ਨੇ ਉਹਨਾਂ ਨੇ ਫੜ ਲਿਆ ਇਹ ਸੱਚੀ ਗੱਲ ਹੈ ਕਿਉਂਕਿ ਇਹ ਗੱਲਾਂ ਸੱਚੀਆਂ ਘਟਨਾਵਾਂ ਸੰਗਤਾਂ ਸਾਡੇ ਨਾਲ ਬਹੁਤ ਸਾਡੇ ਨਾਲ ਸਾਂਝੀਆਂ ਕਰਦੀਆਂ ਨੇ ਉਹ ਕਹਿੰਦਾ ਕਿ ਉੱਥੇ ਉਹਨੂੰ ਮਾਰਨ ਲੱਗੇ ਸਨ ਤੇ ਉਹਨੇ ਮਹਾਰਾਜ ਦੇ ਦਰ ਦਾ ਧਿਆਨ ਧਰਿਆ ਰਾਜਾ ਸਾਹਿਬ ਦੀ ਮਹਾਰਾਜ ਜੀ ਦੇ ਧਰ ਕਰਦਾ ਉਹ ਕਹਿੰਦਾ ਜਿੰਨੇ ਉਹਦੇ ਨਾਲ ਦੇ ਸਨ ਉਹਨਾਂ ਨੂੰ ਮਾਰ ਦਿੱਤਾ ਪਰ ਮੇਰਾ ਬੇਟਾ ਇੱਥੇ ਸਾਡੇ ਕੋਲ ਆ ਗਿਆ ਕਿਉਂ ਨਾ ਸ਼ਰਧਾ ਬਣੇ ਕਿਉਂ ਨਾ ਮਹਾਰਾਜ ਦੇ ਦਰ ਦੇ ਨਾਲ ਸਾਡੀ ਇੰਨੀ ਪ੍ਰੀਤੀ ਬੜੇ ਉਸਦੀ ਚੌਖਟ ਤੇ ਸਿਰ ਧਰਿਆ ਹੱਲ ਹੋ ਗਿਆ ਸਭ ਸਵਾਲ ਮੇਰੇ ਕਣ ਕਣ ਵਿੱਚ ਜ਼ਰੇ ਜ਼ਰੇ ਵਿੱਚ ਜਿਸ ਦੇ ਨੇ ਦੀਨ ਦਿਆਲ ਮੇਰੇ ਮੈਂ ਥੜਕਾਂ ਤੇ ਘਬਰਾਵਾਂ ਕਿਉਂ ਮੇਰੇ ਨਾਲ ਖੜੇ ਲੱਜਪਾਲ ਮੇਰੇ ਸੋਢੀ ਕਹਿੰਦਾ ਉਹ ਪਲ ਕਿਹੜਾ ਜਦੋਂ ਹੁੰਦੇ ਨਹੀਂ ਉਹ ਨਾਲ ਮੇਰੇ
राजा साहब जी महाराज हर वक्त साढ़े नाल ने, वह तो कण कण विच जर्रे जर्रे विच वसदे ने, क्योंकि इन्नियां शौहरतां ये महाराज ने दित्तियां होईयां ने। ये महाराज का दिता होया एक गीत है, याद करिए समुद्र तो पार। साढ़े बहुत ही सत्कारयोग बलवीर हीर जी जिन्होंने महाराज की उस्तत में बड़ा कुछ लिखा है, बहुत ही निम्रता वाले सचमुच में एक तो कोई उपरों उपरों करता है, पर उन्होंने महाराज से कृपा है उन्होंने परिवार से। याद करिए समुद्र तो पार दे दियो दीदार राजा। याद करिए समुद्र
साडे भाग चंगे कर्मा वालने हां, राजा साहब मिले रबी नूर सानू, ऐसी मस्ती है उसके नाम वाली, चत्तो पैर ही रहिंदा सरूर सानू। राजा साहब जी महाराज उन्हां दी पूरी कृपा है, उन्हां दी पूरी रहमत है, उन्होंने सानू गुरबाणी दे लड़ लाया है। एक गल्ला जिन्नियां भी ने यह सच्चियां घटनावां इस संगत विच वीर जी बैठे ने महाराज नाम जानते ने, कहिंदा के मैं इस दरबार तो थोड़ी कैसेट लै गया ते मेरी वो कार दे विच हमेशा वह कैसेट चलती रहनी, ते मैं रात नू आ रहा सी ते महाराज ने मैनू किसे होर रस्ते मोड़ दिता, ते उधर जांदिया जांदिया मेरी गड्डी ने दो तीन पलटियां खा लईयां, गड्डी दा कख भी नहीं बचिया। पर महाराज की कृपा वेखो, जेड़ा महाराज के दर दे नाल जुड़िया होवे महाराज उहनू आप हस रख के बचाउंदे ने। आपां कह दिंदे आ कि बच्चे का हाथ ना फड़ो, बांह फड़ लवो निकल जाएगा, जेकर वह अकाल पुरख साडी बांह फड़ लवे कदे छड़दा नहीं। ਉਹ ਕਹਿੰਦਾ ਕਿ ਮੈਂ ਮੇਰੀ ਕਾਰ ਨੇ ਦੋ ਤਿੰਨ ਪਲਟੀਆਂ ਖਾ ਲਈਆਂ, ਕਾਰ ਦਾ ਕੁਝ ਵੀ ਨਹੀਂ ਬਚਿਆ, ਪਰ ਮੇਰੇ ਇੱਕ ਝਰੀਟ ਵੀ ਨਹੀਂ ਆਈ ਤੇ ਇੱਕ ਤੁਹਾਡੀ ਕੈਸਟ ਚੱਲਦੀ ਸੀ ਸਰਵ ਕਲਾ ਸਮਰੱਥ ਰਾਜਾ ਸਰਸਾਂ ਦੇ ਰੱਖਦਾ ਹੱਥ ਰਾਜਾ। ਰਾਜਾ ਸਾਹਿਬ ਦੀ ਮਹਾਰਾਜ ਜੀ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਸਤਨਾਮ। ਉਹ ਕਹਿੰਦਾ ਕਿ ਉਹ ਕੈਸਟ ਉਦਾਂ ਹੀ ਚੱਲਦੀ ਰਹੀ, ਉਹਨਾਂ ਨੇ ਹੁਣ ਕਹਿੰਦੇ ਮੈਂ ਸਟੀਰੀਓ ਕਢਵਾ ਕੇ ਆਪਣੇ ਘਰ ਵਿੱਚ ਰੱਖ ਲਿਆ ਹੈ, ਜੇਕਰ ਕਿਸੇ ਨੂੰ ਕੋਈ ਸ਼ੰਕਾ ਹੋਵੇ ਬਾਅਦ ਵਿੱਚ ਮਿਲ ਵੀ ਸਕਦਾ ਹੈ, ਕਿਉਂਕਿ ਇਹ ਰਾਜਾ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਰਾਜਾ ਸਾਹਿਬ ਜੀ ਮਹਾਰਾਜ ਉਹਨਾਂ ਦਾ ਦਰਜਾ ਹੀ, ਕਿਉਂਕਿ ਜਿਹਨਾਂ ਦਾ ਨਾਮ ਹੀ ਰਾਜਾ ਸਾਹਿਬ ਹੈ ਉਹ ਤੇ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਰਾਜੇ ਨੇ। ਇਹ ਨਗਮਾ ਜਿਹੜਾ ਹੁਣ ਪੇਸ਼ ਕਰ ਰਹੇ ਹਾਂ, ਮੇਰੀ ਤਮੰਨਾ ਸੀ ਬਹੁਤ ਚਿਰ ਤੋਂ ਕਿ ਮੈਂ ਵੀ ਰਾਜਾ ਸਾਹਿਬ ਜੀ ਮਹਾਰਾਜ ਜੀ ਦਾ ਕੁਝ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕਰਾਂ, ਪਰ ਪਹਿਲਾਂ ਗੱਲ ਕੀਤੀ ਆ ਕਿ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਸਾਧੂ ਆਪਾਂ ਕਈ ਵਾਰੀ ਆਪਾਂ ਘਰੋਂ ਨਿਕਲ ਜਾਈਏ, ਆਪਾਂ ਨਿਕਲਦੇ ਆਪਾਂ ਹੋਰ ਰਸਤੇ ਮੁੜ ਜਾਈਏ, ਆਪਾਂ ਕਹਿ ਦਿੰਦੇ ਕਿ ਮੈਂ ਇੱਧਰ ਨੂੰ ਨਹੀਂ ਮੁੜਨਾ ਸੀ, ਮੈਂ ਇੱਧਰ ਨੂੰ ਮੁੜਨਾ ਸੀ। ਉਹ ਮੋੜਿਆ ਨਹੀਂ, ਉਹ ਮੁੜਿਆ ਨਹੀਂ, ਉਹ ਮੋੜਿਆ ਹੈ, ਕਿਉਂਕਿ ਮਹਾਰਾਜ ਉਹਨਾਂ ਨੇ ਤੁਹਾਡਾ ਦਿਮਾਗ ਇੱਧਰ ਨੂੰ ਮੋੜ ਦਿੱਤਾ, ਸ਼ਾਇਦ ਉੱਧਰ ਨੂੰ ਜਾਂਦੇ ਤਾਂ ਕੁਝ ਨਾ ਕੁਝ ਤੁਹਾਡਾ ਹੋਰ ਹੋ ਜਾਂਦਾ, ਕਿਉਂਕਿ ਅਕਾਲ ਪੁਰਖ ਹਮੇਸ਼ਾ ਤੁਹਾਡਾ ਭਲਾ ਹੀ ਮੰਗਦਾ ਹੈ, ਕਿਉਂਕਿ ਕਦੇ ਵੀ ਉਸ ਅਕਾਲ ਪੁਰਖ ਨੂੰ ਦੋਸ਼ ਨਾ ਦਿਓ ਜੇਕਰ ਕੋਈ ਸਾਡੇ ਨਾਲ ਮਾੜਾ ਹੁੰਦਾ, ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ, ਮਹਾਰਾਜ ਦੀ ਬਾਣੀ ਕਹਿੰਦੀ ਹੈ। ਰਾਜਾ ਸਾਹਿਬ ਜੀ ਉਹਨਾਂ ਦੇ ਦਰਬਾਰ 'ਤੇ ਇਹ ਕੁਝ ਦਿਨਾਂ ਬਾਅਦ ਇਹ ਗਾਣਾ ਆ ਜਾਵੇਗਾ ਆਪ ਸੰਗਤਾਂ ਦੇ ਸਨਮੁੱਖ। ਰਾਜਾ ਜੀ ਹਾਜ਼ਰ ਨਾਜ਼ਰ ਨੇ, ਜਿੱਥੇ ਕੋਈ ਉਸਨੂੰ ਯਾਦ ਕਰੇ, ਚਾਹੇ ਉਹ ਵਿਦੇਸ਼ਾਂ ਵਿੱਚ ਹੋਣ, ਚਾਹੇ ਕਿਤੇ ਵੀ ਹੋਵੇ, ਮਹਾਰਾਜ 'ਤੇ ਅੱਖ ਝਪਕਦੇ ਆ, ਅੱਖ ਦੇ ਪਲਕਾਰੇ ਨਾਲ ਮਹਾਰਾਜ ਉਸ ਅਸਥਾਨ 'ਤੇ ਪਹੁੰਚ ਜਾਂਦੇ ਨੇ ਜਿੱਥੇ ਉਹਨਾਂ ਦੇ ਭਗਤ 'ਤੇ ਭੀੜ ਬਣੀ ਹੋਵੇ ਜਾਂ ਉਹਨਾਂ ਦੇ ਭਗਤ ਨੇ ਯਾਦ ਕੀਤਾ ਹੋਵੇ, ਢਾਡੀ ਇੱਥੇ ਕੋਲੋਂ ਸਰਪਣ ਕਰੋ। ਰਾਜਾ ਜੀ ਹਾਜ਼ਰ ਨਾਜ਼ਰ ਨੇ, ਜਿੱਥੇ ਕੋਈ ਉਸਨੂੰ ਯਾਦ ਕਰੇ। Thank you.
ਹੱਥੋਂ ਹਾਰਿਆ ਜਦ ਉਹਦਾ ਓਟਿਆ ਸਿਰਾ ਤੱਕ ਲੈਂਦਾ ਕੋਈ ਲੇਖਾ ਹੱਥੋਂ ਹਾਰਿਆ ਜਦ ਉਹਦਾ ਓਟਿਆ ਸਿਰਾ ਤੱਕ ਲੈਂਦਾ ਮੇਰਾ ਦਾਤਾ ਹੈ ਦਇਆਵਾਨ ਬੜਾ ਮੇਰਾ ਦਾਤਾ ਹੈ ਦਇਆਵਾਨ ਬੜਾ ਬੜੀ ਹੋਈ ਅੱਗ ਤੋਂ ਰੱਖ ਲੈਂਦਾ ਸਭ ਦੁੱਖਾਂ ਦੀਆਂ ਜ਼ੰਜੀਰਾਂ ਤੋਂ ਹਾਜ਼ਰੀ ਨਾਜ਼ਰੀ ਨੇ ਜਿੱਥੇ ਕੋਈ ਉਸ ਨੂੰ ਯਾਦ ਕਰੇ ਰਾਜਾ ਜੀ ਹਾਜ਼ਰੀ ਨਾਜ਼ਰੀ ਨੇ ਜਿੱਥੇ ਕੋਈ ਉਸ ਨੂੰ ਯਾਦ ਕਰੇ ਸਭ ਸੁਲਝਾ ਦਿੰਦਾ ਭਗਤਾਂ ਦੇ ਸਭ ਸੁਲਝਾ ਦਿੰਦਾ ਜ਼ਿੰਦਗੀ ਦੇ ਉਲਝੇ ਤਾਣੇ ਉਹ ਅਜਲਾ ਤੋਂ ਉੱਜੜਿਆ ਹੋਇਆ ਨੂੰ ਅਜਲਾ ਤੋਂ ਉੱਜੜਿਆ ਹੋਇਆ ਨੂੰ ਇੱਕ ਪਲ ਦੇ ਅੰਦਰ ਯਾਦ ਕਰੇ ਰਾਜਾ ਜੀ ਹਾਜ਼ਰੀ ਨਾਜ਼ਰੀ ਨੇ ਜਿੱਥੇ ਕੋਈ ਉਸ ਨੂੰ ਯਾਦ ਰਾਜਾ ਜੀ ਹਾਜ਼ਰੀ ਨਾਜ਼ਰੀ ਨੇ ਜਿੱਥੇ ਕੋਈ ਉਸ ਨੂੰ ਯਾਦ ਕਰੇ ਸੇਵਾ ਕਰਦੇ ਰਹਿਣਾ ਦੋਨੋਂ ਪਤੀ ਪਤਨੀ ਨੇ ਤੇ ਮਹਾਰਾਜ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਕਿਉਂਕਿ ਉਹਨਾਂ ਦੇ ਘਰੇ ਔਲਾਦ ਨਹੀਂ ਸੀ ਕਿਉਂਕਿ ਜਿਹਦੇ ਘਰੇ ਔਲਾਦ ਨਾ ਹੋਵੇ ਉਹਨੂੰ ਲੋਕੀ ਬੰਜ਼ਰ ਜ਼ਮੀਨ ਆਖਦੇ ਨੇ ਰਾਜਾ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਫਲ ਧੁੰਨਾ ਮਾਲ ਦੀ ਝੋਲੀ ਵਿੱਚ ਪਾਇਆ ਤੇ ਬਾਅਦ ਵਿੱਚ ਉਸਦੀ ਪਤਨੀ ਦੀ ਝੋਲੀ ਵਿੱਚ ਫਲ ਪਾਇਆ ਜਿਵੇਂ ਪਹਿਲਾਂ ਧੁੰਨਾ ਮਾਲ ਦੀ ਝੋਲੀ 'ਚ ਫਲ ਪਾਇਆ ਸੀ ਤੇ ਪਹਿਲਾਂ ਪੁੱਤਰ ਨੇ ਜਨਮ ਲਿਆ ਤੇ ਫਿਰ ਧੀ ਨੇ ਜਨਮ ਲਿਆ ਮੈਂ ਸੁਣਿਆ ਉਹਨਾਂ ਦਾ ਹੋਵੇ ਅਖਲਾਕ ਪੂਰਾ ਜਿਹੜੇ ਤੇਰੀ ਦਹਲੀ ਤੇ ਝੁੱਕ ਜਾਂਦੇ ਫਿਰ ਉਹਨਾਂ ਨੂੰ ਅਸਾਂ ਦਾ ਬੂਰ ਲੱਗੇ ਬੂਟੇ ਜਿਹੜੇ ਤਕਦੀਰ ਦੇ ਨੇ ਸੁੱਕ ਜਾਂਦੇ ਜੀਵਨ ਲਹਿਰ
फिर उन्हां च होए पैदा सोमे जिंदगी दे जेड़े ने सुक जांदे शरदा नाल जो तेरे दरबार आ गया उहदे गेट 84 ने मुक जांदे। साडे तों बाद सिख पंथ दे महान ढाडी जिन्हां नूं सुण सुण के वड्डे होए आ, जो आवाज़ विच उहनां दी करंट अज तों 30 साल पहलां सी अज भी उवें ने, उहनां नूं सुण सुण के वड्डे होए आ। सिख पंथ की मायानाज हस्ती चरण सिंह जी आलमगीर साहब जी वह पहुंचे ने, उन्होंने भरा ते उन्होंने बेटा गुरप्रीत सिंह वह भी पहुंचया है, उन्होंने जियो आया साढ़े तो बाद उन्होंने हाजरी है। मैं प्रबंधक कमेटी नू मैनू समय बारे दस देवो, साडा समा अद्धा घंटा ठीक है। असी जदों इत्थे पहुंचे ते क्योंकि एक बार एकदम वैदर चेंज हो गया, सानू तो यह सी कि पता नहीं किन्नी गर्मी होवेगी। जो असी स्टेज वालू कल आने लगे तो सानू कहते गर्मी बहुत है स्टेज पर, पर सचमुच में महाराज ने गर्मी महसूस ही नहीं होने दी। महाराज कृपा करते ने, महाराज रहमत करते ने। असी तुरे ही उत्थे महाराज दे अरदास करके सा कि महाराज थोड़े दर ते आने लगे आ, आप लाज रखनी महाराज। ए कवि की कल्पना है बलिहार सिंह सोढ़ी की, ए रुमक रुमक के चलती है हवा ही नहीं, क्योंकि जड़ी हवा भी है भै विच पवन वह सद बाह भै विच चला लख दरियाओ। यह हवा पानी महाराज के हुक्म विच है, यह हवा भी गल्लां करती है जेकर कोई गल्लां करन वाला होवे। ए गीत ए रुमक रुमक के चलती है हवा ही नहीं, मेरे राजा साहब नूं दई संदेशा जा। असी काफी साल पहला जो इतने प्रोग्राम करते सी एक गाना महाराज की औसत में गाना रहमत भी मरसाई राजा साहब की रहमत का, जिनी बारी भी वह गीत गाया तो सचमुच में मीह पै हेड़िया पिंड तीन घंटे प्रोग्राम रुकया रहा। जो असी गीत गाया तो महाराज ने मीह पवा दिता, आ वेख लो महाराज की रहमत है। महाराज सा महाराज साडे विच बैठे ने, किसे नाल भी बैठे हो सकते, कदे इत्थे कोई मन विच माड़ी सोच ना लैके आए, सच्ची शरदा लैके आए। जेकर इत्थे खड़े हां ते महाराज दी कृपा ही है। राह जांदे कोई नहीं जानदा सी इहदे चरणां नाल लग मशहूर हो गए, ऐ रुक रुक के चलदी है हवा ही नहीं, मेरे राजा साहब नूं दई संदेसा जा। सानू
सरकां जा फिर जाए नजारा आ है रुमक रुमक के चल दिए हवाए नी मेरे राजा जी नू तई संदेशा जा अरदास कई बारी कल प्रसंग सुनाया के धुना मल वाहिगुरु माली राम
ਉਹ ਨਾਸਤਕ ਵਰਤੀ ਦਾ ਬੰਦਾ ਸੀ। ਇਹ ਜਿਹੜਾ ਡਾਕਟਰ ਇਹ ਵੀ ਨਾਸਤਕ ਸੀ, ਇਹ ਵੀ ਰੱਬ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ। ਇਹਨੂੰ ਬਹੁਤ ਵੱਡੇ ਪ੍ਰੋਗਰਾਮ ਵਿੱਚ ਇਹਨੂੰ ਸਨਮਾਨਿਤ ਕਰਨਾ ਸੀ। ਇਹਨੇ ਫਲਾਈਟ ਲਈ ਅਤੇ ਰਸਤੇ ਵਿੱਚ ਫਲਾਈਟ ਵਿੱਚ ਕੋਈ ਖਰਾਬੀ ਆ ਗਈ ਅਤੇ ਐਮਰਜੈਂਸੀ ਲੈਂਡਿੰਗ ਉਹਨਾਂ ਨੂੰ ਕਰਵਾਉਣੀ ਪਈ ਉੱਥੇ ਕਿਸੇ ਲਾਗੇ ਏਅਰਪੋਰਟ 'ਤੇ। ਅਤੇ ਜਦੋਂ ਉੱਥੇ ਉਸਨੇ ਪੁੱਛਿਆ ਕਿ ਫਲਾਈਟ ਕਦੋਂ ਉੱਡੂਗੀ, ਉਹ ਕਹਿੰਦਾ ਕਿ 10 ਘੰਟੇ ਬਾਅਦ ਫਲਾਈਟ ਉੱਡਣੀ ਹੈ। ਅਤੇ ਉਹ ਕਹਿੰਦਾ ਕਿ ਜਦ ਤੱਕ ਤਾਂ ਸਾਰਾ ਪ੍ਰੋਗਰਾਮ ਨਿਕਲ ਜਾਵੇਗਾ। ਉਹ ਕਹਿੰਦਾ ਇੱਥੋਂ 4 ਘੰਟੇ ਦੀ ਡਰਾਈਵ ਹੈ, 4 ਘੰਟੇ ਦਾ ਰਸਤਾ ਹੈ, ਤੂੰ ਗੱਡੀ ਲੈ ਕੇ ਉੱਥੇ ਜਾ ਸਕਦਾ ਹੈ। ਬਾਹਰਲੇ ਦੇਸ਼ਾਂ ਵਿੱਚ ਗੱਡੀ ਰੈਂਟ 'ਤੇ ਬਹੁਤ ਜਲਦੀ ਮਿਲਦੀ ਹੈ। ਉਹ ਕਹਿੰਦਾ ਮੈਂ ਗੱਡੀ ਲੈ ਕੇ ਰਸਤੇ ਵਿੱਚ ਜਾ ਰਿਹਾ ਸੀ ਅਤੇ ਇੰਨਾ ਜ਼ੋਰ ਦੀ ਝੱਖੜ ਆਇਆ, ਇੰਨਾ ਜ਼ੋਰ ਦੀ ਤੂਫਾਨ ਆਇਆ, ਮੈਨੂੰ ਜੰਗਲ ਦੇ ਵਿੱਚ ਰੁਕਣਾ ਪਿਆ ਕਿਉਂਕਿ ਰਸਤੇ ਵਿੱਚ ਕਾਫੀ ਦਰਖਤ ਡਿੱਗ ਗਏ। ਅਤੇ ਉੱਥੇ ਮੈਨੂੰ ਇੱਕ ਘਰ ਮਿਲਿਆ ਅਤੇ ਮੈਂ ਜਾ ਕੇ ਦਰਵਾਜ਼ਾ ਖੜਕਾਇਆ, ਉੱਥੋਂ ਅੰਦਰੋਂ ਇੱਕ ਮਾਈ ਨਿਕਲੀ ਅਤੇ ਮੈਂ ਉਸਨੂੰ ਸਾਰੀ ਵਾਰਤਾ ਦੱਸੀ ਕਿ ਮੇਰੇ ਨਾਲ ਆਹ ਭਾਣਾ ਵਰਤਿਆ। ਅਤੇ ਉਸਨੇ ਉਹਨੂੰ ਰਹਿਣ ਲਈ ਜਗ੍ਹਾ ਦਿੱਤੀ ਅਤੇ ਖਾਣ ਪੀਣ ਨੂੰ ਉਸਨੂੰ ਦਿੱਤਾ। ਅਤੇ ਬਾਅਦ ਵਿੱਚ ਜਦੋਂ ਸ਼ਾਮਾਂ ਦਾ ਸਮਾਂ ਹੋਇਆ ਅਤੇ ਉਹ ਆਪਣਾ ਨਿਤਨੇਮ ਆਪਾਂ ਕਹਿ ਦਿੰਦੇ ਹਾਂ, ਉਹ ਆਪਣੀ ਅਰਦਾਸ ਕਰਨ ਲਈ ਕਮਰੇ ਵਿੱਚ ਚੱਲੀ ਅਤੇ ਡਾਕਟਰ ਮਾਰਕ ਨੂੰ ਕਹਿੰਦੀ ਕਿ ਜੇ ਤੂੰ ਅਰਦਾਸ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਤਾਂ ਤੂੰ ਵੀ ਹੋ ਸਕਦਾ। ਉਹ ਕਹਿੰਦਾ ਮੈਂ ਰੱਬ ਵਿੱਚ ਵਿਸ਼ਵਾਸ ਨਹੀਂ ਰੱਖਦਾ। ਅਤੇ ਜਦੋਂ ਉਹ ਅਰਦਾਸ ਕਰਨ ਲੱਗੀ, ਸੁਭਾਵਿਕ ਹੈ ਜਿਹੜੇ ਦਿਲੋਂ ਜੁੜੇ ਹੁੰਦੇ ਨੇ ਉਹ ਭਾਵੁਕ ਹੋ ਜਾਂਦੇ ਨੇ, ਉਹ ਅੰਦਰ ਉੱਚੀ ਉੱਚੀ ਰੋਣ ਲੱਗੀ। ਅਤੇ ਜਦੋਂ ਉਹ ਬਾਹਰ ਆਈ ਤਾਂ ਡਾਕਟਰ ਮਾਰਕ ਨੇ ਉਹਨੂੰ ਸਵਾਲ ਕੀਤਾ ਕਿ ਤੇ ਉੱਚੀ ਉੱਚੀ ਰੋ ਕਿਉਂ ਰਹੀ ਸੀ। ਉਹ ਕਹਿੰਦੀ ਮੇਰੇ ਪੁੱਤ ਨੂੰ ਕੈਂਸਰ ਹੈ ਅਤੇ ਮੇਰੇ ਕੋਲ ਇੰਨਾ ਪੈਸਾ ਨਹੀਂ ਕਿਉਂਕਿ ਇੱਥੇ ਇੱਕ ਡਾਕਟਰ ਮਾਰਕ ਹੈ, ਮੇਰੇ ਕੋਲ ਇੰਨਾ ਪੈਸਾ ਨਹੀਂ ਮੈਂ ਉਹਦੀ ਫੀਸ ਦੇ ਸਕਾਂ ਜਾਂ ਮੈਂ ਉਹਦੇ ਕੋਲ ਜਾ ਸਕਾਂ। ਅਤੇ ਉਹ ਡਾਕਟਰ ਮਾਰਕ ਉੱਥੇ ਹੀ ਡਿੱਗ ਪਿਆ, ਕਹਿੰਦਾ ਜਹਾਜ਼ ਐਵੇਂ ਨਹੀਂ ਖਰਾਬ ਹੋਇਆ, ਇਹ ਝੱਖੜ ਐਵੇਂ ਨਹੀਂ ਆਇਆ, ਇਹ ਦਰਖਤ ਐਵੇਂ ਨਹੀਂ ਡਿੱਗੇ, ਇਹ ਡਿੱਗੇ ਗਏ ਨੇ। ਉਹ ਉਸ ਦਿਨ ਤੋਂ ਰੱਬ ਨੂੰ ਮੰਨਣ ਲੱਗ ਪਿਆ। ਰਾਜਾ ਸਾਹਿਬ ਜੀ ਮਹਾਰਾਜ 'ਚ ਇਹੋ ਜਿਹੀ ਸ਼ਕਤੀ ਹੈ, ਉਹ ਵੀ ਆਪਣੇ ਦਰ 'ਤੇ ਝੁਕਾਉਣਾ ਜਾਣਦੇ ਨੇ ਜਿਹੜੇ ਆਕੜ ਕੇ ਆਉਂਦੇ ਨੇ। ਕਦੇ ਗੁਰਬਚਨ ਸਿੰਘ ਵੀ ਆਇਆ ਸੀ ਕਿ ਉਹ ਉੱਚੀ ਥਾਂ 'ਤੇ ਬਹਿ ਕੇ ਬਾਣੀ ਸੁਣਦਾ, ਕਿਉਂਕਿ ਮੈਂ ਕੱਲ੍ਹ ਵੀ ਗੱਲ ਕੀਤੀ ਜਿਹਨਾਂ ਨੂੰ ਸਾਧੂ ਸੰਤਾਂ ਦਾ ਆਦਰ ਨਹੀਂ ਕਰਨਾ ਆਉਂਦਾ ਉਹਨਾਂ ਦੇ ਲਫ਼ਜ਼ ਹੀ ਵੱਖਰੇ ਹੁੰਦੇ ਨੇ। ਕਿਉਂਕਿ ਮੈਂ ਇੱਥੇ ਮੈਨੂੰ ਰੋਕਿਆ ਗਿਆ, ਪਰ ਇੱਥੇ ਮੈਂ ਉਹ ਬੰਦੇ ਆਏ ਦੇਖੇ ਜਿਹੜੇ ਸਾਨੂੰ ਕਹਿੰਦੇ ਸਨ ਇਹ ਸਾਧ ਦੇ ਲੜ ਲੱਗੇ ਨੇ, ਪਰ ਅੱਜ ਉਹ ਇੱਥੇ ਮੈਂ ਝੁਕੇ ਵੇਖੇ ਨੇ ਆਪਣੇ ਅੱਖੀਂ। ਮਹਾਰਾਜ ਦੀ ਏਡੀ ਕਿਰਪਾ ਹੈ, ਇਹ ਸਾਰਿਆਂ ਨੂੰ ਝੁਕਾਉਣਾ ਜਾਣਦਾ ਹੈ। ਇਹ ਗੀਤ ਦਾ ਹੁਕਮ ਹੋਇਆ ਹੈ ਵੀਰ ਵਿੱਕੀ ਹੀਰਾ ਜੀ ਨੇ, ਕੱਲ੍ਹ ਵੀ ਆਪਾਂ ਗਾਇਆ ਸੀ, ਵੀਰ ਵਿੱਕੀ ਹੀਰਾ ਅਮੈਰੀਕਾ ਤੋਂ, ਉਹਨਾਂ ਨੇ ਲਿਖਿਆ ਹੈ, ਕੁਝ ਦਿਨ ਪਹਿਲਾਂ ਆਇਆ ਹੈ, ਰਾਜਾ ਜੀ ਤੇਰੇ ਹਾਂ ਇਹ ਵਿੱਕੀ ਹੀਰਾ ਵੀਰ ਜੀ ਦਾ ਕੁਝ ਦਿਨ ਪਹਿਲਾਂ ਨਗਮਾ ਆਇਆ ਹੈ, ਢਾਡੀ ਜਿੱਥੇ ਕੋਲੋਂ ਹੈ ਇਹੋ ਸਰਵਣ ਕਰੋ। Oh,
ਸਾਨੂੰ ਜਿਵੇਂ ਕਿਵੇਂ ਤੂੰ ਤਾਲ ਅਸੀਂ ਤਾਲ ਤੇਰੇ ਹਾਂ ਅਸੀਂ ਤਾਲ ਤੇਰੇ ਹਾਂ ਰਾਜਾ ਜੀ ਤੇਰੇ ਹਾਂ ਅਸੀਂ ਚਾਨਣ ਖਲਾਰਿਆ ਜਿੱਥੇ ਜਿੱਥੇ ਜਾ ਕੇ ਤੁਸੀਂ ਬੈਠ ਕੇ ਆਰਾਮ ਕੀਤਾ ਤਰ ਗਏ ਉਹ ਪਿੰਡ ਤੇ ਇਲਾਕਾ ਸਾਰਾ ਤਾਰਿਆ ਲੜ ਸਾਨੂੰ ਲਾਈ ਰੱਖੀ ਇੱਜ਼ਤ ਬਣਾਈ ਰੱਖੀ ਵਾਰਸ ਵੀ ਦੁਨੀਆ 'ਚ ਜਾਵੇ ਸਤਿਕਾਰਿਆ ਰਾਜਾ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਬਹੁਤ ਮਾਣ ਸਨਮਾਨ ਆਪ ਸੰਗਤ ਨੇ ਕੀਤਾ ਹੈ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਹੀਰੇ ਦੀ ਪਰਖ ਕੀਤੀ ਜਿਨ੍ਹਾਂ ਨੇ ਇਹਨਾਂ ਮਹਾਂਪੁਰਖਾਂ ਦੀ ਪਰਖ ਕੀਤੀ ਉਹਨਾਂ ਦਾ ਪਰਿਵਾਰ ਉਹਨਾਂ ਵੱਲੋਂ ਬੜਾ ਮਾਣ ਸਤਿਕਾਰ ਕੀਤਾ ਗਿਆ ਹੈ ਅਤੇ ਬਹੁਤ
बहुत धन्यवाद है गुरुद्वारा प्रबंधक कमेटी कोटानकोट धनवाद साहब श्री गुरु ग्रंथ साहब जी महाराज जी का। आने वाले दिनों में अज रात को मननहाने हाजरी भरनी है तो परसों 16 तरीक बल्लोवाल तो बाद रैपे है नगर कीर्तन का दीवान तो फिर 17 तरीक न रैपे फिर दीवान हाजरी भरांगे तो 18 तरीक न असी वापस चले जाना है। इन्नी क सेवा प्रवान करो महाराज इदा ही सेवा लेंदे रहन क्योंकि उतों क्योंकि महाराज जी ने यहोजा देशों में भी समा कढ़वा लिया है अपने सेवकों के कोलों। बहुत बहुत धन्यवाद है बहुत बहुत धन्यवाद दारा साउंड बंगा जिन्हों का बहुत ही कमाल का साउंड है सचमुच में क्योंकि पहले दसिया कि असी पहली बारी इस तरह प्रोग्राम पेश किया है तो भैन होनी भी डरिया सन तो 12 साल बाद फिर इतने हाजरी भरी है पर इन्होंने बहुत ही कमाल का साथ निभाया है तो साडे दारा भाजी उन्हों का एक्सीडेंट होया है अरदास करो कि महाराज उन्होंने तंदुरुस्ती बख्शन साजी साडे जिन्होंने बहुत ही वधिया साडे नाल साथ निभाया है तो लल फिल्म्स वाले परशोत्तम सिंह जी लल त्रिलोचन सिंह जी बहादुर सिंह जी जिन्हों के उद्यम सदका ये साड़ियाँ वीडियो थोड़े तक पहुँचदिया ने वो निष्काम महाराज की सेवा करते हैं महाराज इदा ही सेवा लेंदे रहन। साडे तो बाद बहुत ही महान जथा चरण सिंह जी आलमगीर साहब मैं पहला भी गल की कि सचमुच में इन्हों सुन सुन के वड्डे हुए हैं जिथे भी इन्हों का समागम होना असं उत्थे उचेचे तौर पर पहुँचना वो साढ़े तो बाद हाजरी भरनगे। परशोत्तम सिंह जी लल साहब उन्होंने वालों एक बेनती कह लो कि संगत जी अरदास करो कि महाराज आने वाले दिनों में पंडाल होर वड्डा कर दे। सो इस खुशी में जकारा छड़ दें बोले सो निहाल। सो इनी सेवा प्रवान करो आने वाले दिनों में इतने प्रोग्राम करके वापस असी चले जाना है। सो जथे नूं बख्शो आ गया वाहिगुरु जी का खालसा वाहिगुरु जी की फतेह। परम सत्कारयोग सत्संग जी वाहिगुरु जी का खालसा वाहिगुरु जी की फतेह। राजा जी बलोई करो जी भली बहुत बहुत धन्यवाद सिख पंथ का महान ढाडी जथा समरावां वालियां बीबिया का जिन्होंने नवे साजां दे नाल ये जो रवीत चलाई है। सो इन्हां दा बहुत बहुत धन्यवाद। हुण साडे विचकार सिख पंथ का सरमौर हीरा जिन्होंने ढाडी राही कला राही इस जो सिख पंथ का महान शख्सियत विचार ने उन्होंने संभाल के रख्या होया है और सिख कौम का सरमौर ढाडी जथा सरदार चरण सिंह जी आलमगीर साहब वो स्टेज पर विराजमान ने। मैं उन्होंने बेनती करा कि वह तकरीबन 1.25 घंटे वास्ते अपना प्रोग्राम देंगे। सरदार चरण सिंह जी आलमगीर साहब उन्हों तो बाद पंजाब पंजाबीयत पंजाबीयत संभालने वाला नौजवान गायक फरोज खान वो भी साढ़े विचकार पहुँच गए हैं। उन्होंने अपना प्रोग्राम देना है। मैं संगत को बेनती करदा कि इस तरह ही चुप का दान बख्शते रखना। वाहेगुरु जी का खालसा वाहेगुरु जी की फतेह। राजा जी बली करो जी भली वाहेगुरु जी का खालसा श्री वाहेगुरु जी की फतेह। सात संगत जी साढ़े को जिन्हें भी सज्जना ने इस जोड़ मेले के बहुत ही अहम भूमिका निभाई बहुत ही सहयोग दिता सानू उन्हां दे नाम इस प्रकार हैं तो उन्होंने गुरु घर वालों बख्शिश सिरपाओ की दिती जाएगी।
ਸੋ ਉਹਨਾਂ ਹੀ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਿਰੋਪਾਓ ਲੈਣ ਦੀ ਕਿਰਪਾਲਤਾ ਕਰਨ। ਮਨਦੀਪ ਸਿੰਘ ਸ਼ੇਰਗਲ ਮਜਾਰਾ ਰਾਜਾ ਸਾਹਿਬ ਮਨਦੀਪ ਸਿੰਘ ਸ਼ੇਰਗਲ ਮਜਾਰਾ ਰਾਜਾ ਸਾਹਿਬ ਉਹਨਾਂ ਤੋਂ ਬਾਅਦ ਦਵਿੰਦਰ ਕੁਮਾਰ ਸ਼ਰਮਾ ਜਿੱਥੇ ਵੀ ਕਿਤੇ ਆਵਾਜ਼ ਸੁਣਦੇ ਹੋ ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਉਹ ਸਟੇਜ ਦੇ ਲਾਗੇ ਪਹੁੰਚ ਜਾਵੇ। ਦਵਿੰਦਰ ਕੁਮਾਰ ਸ਼ਰਮਾ ਮਨਦੀਪ ਸਿੰਘ ਸ਼ੇਰਗਲ ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ। ਵਾਹਿਗੁਰੂ। ਦਵਿੰਦਰ ਕੁਮਾਰ ਸ਼ਰਮਾ ਵਾਹਿਗੁਰੂ ਵਾਹਿਗੁਰੂ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਉਹ ਸਟੇਜ ਦੇ ਲਾਗੇ ਆ ਜਾਵੇ। ਦਵਿੰਦਰ ਕੁਮਾਰ ਸ਼ਰਮਾ ਜੈਲਾ ਜੱਗੀ ਬਖਸ਼ੋ ਜੱਗੀ ਜਿੱਥੇ ਕਿਤੇ ਵੀ ਹੋਣ ਉਹ ਸਟੇਜ ਦੇ ਲਾਗੇ ਜਾਣੀ ਜੈਲਾ ਜੱਗੀ ਬਖਸ਼ੋ ਜੱਗੀ। ਉਹਨਾਂ ਤੋਂ ਬਾਅਦ ਸ਼ਿੰਦਾ ਟੈਂਟ ਹਾਊਸ ਸ਼ਿੰਦਾ ਟੈਂਟ ਹਾਊਸ ਜਿੱਥੇ ਵੀ ਕਿਤੇ ਆਵਾਜ਼ ਸੁਣਦੇ ਹੋਣ ਉਹ ਸਟੇਜ ਦੇ ਲਾਗੇ ਆ ਜਾਣ। ਚਰਨ ਸਿੰਘ ਸ਼ੇਰਗਲ ਸ਼ਿੰਦਾ ਟੈਂਟ ਹਾਊਸ ਜਲਾ ਮਾਜਰੇ ਵਾਲਾ ਜਿੱਥੇ ਕਿਤੇ ਵੀ ਆਵਾਜ਼ ਸੁਣਦਾ ਹੋਵੇ ਉਹ ਸਟੇਜ ਦੇ ਲਾਗੇ ਪਹੁੰਚ ਜਾਵੇ। ਉਹਨਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਹੋਵੇਗੀ। ਚਰਨ ਸਿੰਘ ਗਿੱਲ ਸ਼ੇਰਗਲ ਪਿੰਡ ਮਜਾਰਾ ਰਾਜਾ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਕੋਈ ਮੈਂਬਰ ਹੋਵੇ ਉਹ ਸਟੇਜ 'ਤੇ ਆ ਜਾਵੇ। ਬਲਜਿੰਦਰ ਸਿੰਘ ਚੱਕ ਲਾਲ ਲਾਈਟ ਵਾਲੇ ਵਾਹਿਗੁਰੂ ਬਲਜਿੰਦਰ ਸਿੰਘ ਚੱਕ ਲਾਲ ਲਾਈਟ ਵਾਲੇ ਵਾਹਿਗੁਰੂ ਵਾਹਿਗੁਰੂ। ਹਰਸਿਮਰਨਜੀਤ ਸਿੰਘ ਸਿਆਣ ਮਜਾਰਾ ਰਾਜਾ ਸਾਹਿਬ ਵਾਹਿਗੁਰੂ ਵਾਹਿਗੁਰੂ। ਹਰਸਿਮਰਨਜੀਤ ਸਿੰਘ ਸਿਆਣ ਮਜਾਰਾ ਰਾਜਾ ਸਾਹਿਬ ਹਰਸਿਮਰਨਜੀਤ ਸਿੰਘ ਸਿਆਣ ਸਨ ਆਫ ਇੰਦਰਜੀਤ ਸਿੰਘ ਸਿਆਣ ਜਿੱਥੇ ਵੀ ਕਿਤੇ ਆਵਾਜ਼ ਸੁਣਦੇ ਹੋਣ ਉਹ ਸਟੇਜ ਦੇ ਲਾਗੇ ਪਹੁੰਚ ਜਾਣ। ਹਰਸਿਮਰਨਜੀਤ ਸਿੰਘ ਸਿਆਣ ਸਨ ਆਫ ਇੰਦਰਜੀਤ ਸਿੰਘ ਸਿਆਣ ਮਜਾਰਾ ਰਾਜਾ ਸਾਹਿਬ ਜਿੱਥੇ ਕਿਤੇ ਵੀ ਆਵਾਜ਼ ਸੁਣਦੇ ਹੋਣ ਉਹ ਸਟੇਜ ਦੇ ਲਾਗੇ ਪਹੁੰਚ ਜਾਣ। ਬਾਬਾ ਸਾਹਿਬ ਦਿਆਲ ਜੀ ਦਾ ਪਰਿਵਾਰ ਬਲਵੀਰ ਹੀ ਜਸਕਰਨ ਕੌਰ ਪਤਨੀ ਨਵਪ੍ਰੀਤ ਸ਼ੇਰਗਲ ਮਜਾਰਾ ਰਾਜਾ ਸਾਹਿਬ ਜਸਕਰਨ ਕੌਰ ਪਤਨੀ ਨਵਪ੍ਰੀਤ ਸ਼ੇਰਗਲ ਮਜਾਰਾ ਰਾਜਾ ਸਾਹਿਬ
गौर कमल सिंह थांदी गढ़ पदाना। तजिंदर जसल कलदीप जसल पिंड बीड़ा। तजिंदर जसल कलदीप जसल पिंड बीड़ा। इंद्रपाल सिंह सियाण मजारा राजा साहिब। इंद्रपाल सिंह सियाण